स्वागत है किसान वीरों तुहाडा यूट्यूब चैनल सिदक डेयरी फार्मिंग दे विच। किसान वीरों अज जिहड़ी वीडियो बना रहे हैं एक बार फिर पिंड सरावां तहसील इहनूं जैतो पैंदी है ते जिला दोस्तों फरीदकोट है। इस पिंड दे विच बाई जी होरां कोल शौक नाल एक डेयरी फार्मिंग दे तौर ते भी दोस्तों काम किया जा रहा, जिवें जर्सी नसल दीआं दो गाईआं तुसीं देख रहे हैं ते नाल इहनां दा पिग फार्म वी है दोस्तों। सूरां दा इहनां ने फार्म बनाया होया, सूर भी यह दोस्तों इन्हां कोल बहुत ज्यादा गिनती दे विच तुसीं वीडियो दे विच देख रहे हैं। हालांकि अज जिहड़ी दोस्तों वीडियो मेन बना रहे हैं उहदे च आपां इह दो जर्सी तोकड़ गाईआं दी बना रहे हैं, दोनों बाई जी होरां ने वेचणियां, डिटेल च इन्हां बारे गलबात करांगे। वीडियो दे विच दोस्तों बाई जी होरां दा नंबर स्क्रीन उत्ते चलूगा, जिहड़े वीर ने इन्हां चों कोई पशु खरीदना होगा तुसीं इन्हां नूं कॉल करके आपदी तसल्ली करके दोस्तों पशु नूं खरीद सकदे हैं। आओ वीडियो नूं अगे शुरू करदे हां ते बाई जी होरां आपां इन्हां गाईआं बारे गलबात करदे हां। ਬਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਵੀਰੇ ਆਪਦਾ ਨਾਮ ਦੱਸੀ? ਮੇਰਾ ਨਾਮ ਹੈ ਜੀ ਵੀਰ ਪ੍ਰਤਾਪ ਸਿੰਘ। ਵੀਰ ਪ੍ਰਤਾਪ ਸਿੰਘ, ਅੱਛਾ ਇਹ ਪਸ਼ੂ ਪਾਲਣ ਵਾਲਾ ਸ਼ੌਂਕ ਕਦੋਂ ਕਦਾ ਬਣਿਆ? ਇਹ ਬਈ ਘਰੇਲੂ ਜਿੱਦਾਂ ਆਪਣੇ ਘਰਾਂ ਚ ਹੁੰਦਾ ਹੀ ਆ, ਸ਼ੁਰੂ ਤੋਂ ਹੀ ਚੱਲਦਾ ਹੀ ਆ ਰਿਹਾ, ਕਿਤੇ ਨਾ ਜੁੜੇ ਹੋਏ ਆ। ਠੀਕ ਹੈ। ਥੋੜਾ ਜਿਹਾ ਇਹਨੂੰ ਨੈਕਸਟ ਲੈਵਲ ਤੇ ਜਾਣ ਵਾਸਤੇ ਆਪਾਂ ਜਰਸੀ ਚ ਵੜੇ ਸੀਗੇ। ਠੀਕ ਹੈ। ਟਾਈਮ ਤੋਂ ਜਰਸੀ ਚ ਹੀ ਡੀਲ ਕਰ ਰਹੇ ਹਾਂ। ਠੀਕ ਹੈ। ਤੇ ਅੱਛਾ ਇਹ ਦੋਨੇ ਗਾਈਆਂ ਬਾਰੇ ਦੱਸੀ ਵੀਰੇ, ਦੋਨੇ ਤੋਕੜਾ ਇਸ ਟਾਈਮ? ਇਹ ਤੋਕੜਾ ਜੀ ਦੋਵੇਂ। ਠੀਕ ਹੈ। ਥੱਲੇ ਇਸ ਟਾਈਮ 8 ਕਿਲੋ ਦੁੱਧ ਦਾ ਦੋ ਡੰਗਾਂ ਦਾ। ਜਿਹੜੀ ਪਹਿਲੇ ਨੰਬਰ ਵਾਲੀ ਆ 8 ਕਿਲੋ ਦੁੱਧ ਦੋ ਟਾਈਮਾਂ ਦਾ। ਇਹਦੇ ਥੱਲੇ 7 ਕਿਲੋ ਇਸ ਟਾਈਮ ਪ੍ਰੈਜ਼ੈਂਟ। ਠੀਕ ਹੈ। ਇਸ ਗਾਂ ਦੀ ਵੱਛੀ ਆ ਖੜੀ ਹੈ ਜੀ ਨਾਲ। ਠੀਕ ਹੈ। ਇਹ ਆਪਾਂ ਵੱਛੀ ਤੋਂ ਬਿਨਾਂ ਹੀ ਦੇਣੀ ਹੈ। ਠੀਕ ਹੈ, ਵੱਛੀ ਘਰੇ ਰੱਖਣੀ ਹੈ। ਵੱਛੀ ਘਰੇ ਰੱਖਣੀ ਹੈ ਜੀ। ਤੇ ਵੱਛੀ ਤੋਂ ਬਿਨਾਂ ਹੀ ਦੇਣੀ ਹੈ। ਠੀਕ ਹੈ। ਇਹਨੇ ਦੁੱਧ ਮਤਲਬ ਇਹ ਥੋੜੇ ਤੇ ਆ ਗਈ, ਕੀ ਚੱਕਰ ਬਣਿਆ ਇਹਦਾ? ਇਹਦਾ ਚੱਕਰ ਬਈ ਇੱਕ ਤਾਂ ਗਰਮੀ ਦਾ ਕਾਰਨ ਲਾ ਲਓ, ਇੱਕ ਥੋੜਾ ਜਿਹਾ ਹਰੇ ਚਾਰੇ ਦੀ ਦਿੱਕਤ ਸੀ ਮੇਰੇ ਕੋਲੇ, ਸਾਇਲ ਜੀ ਮੁੱਲ ਦਾ ਸੀਗਾ। ਠੀਕ ਹੈ। ਉਹ ਸੀਜ਼ਨ ਦੇ ਵਿੱਚ ਆ ਕੇ ਮਤਲਬ ਤੋੜ ਆ ਗਈ। ਠੀਕ ਹੈ। ਹੁਣ ਦੁਬਾਰਾ ਆਪਦਾ ਅਰੇਂਜਮੈਂਟ ਕੀਤਾ ਸ਼ੁਰੂ ਤੋਂ, ਕਿ ਤਾਂ ਕਰਕੇ ਇਹ ਗਰਮੀ ਨੇ ਮਾਰਤਾ ਥੋੜਾ ਜਿਹਾ, ਫਿਰ ਉਹ ਰਿਕਵਰ ਹੋਈਆਂ ਨਹੀਂ ਇਹਦੇ। ਠੀਕ ਹੈ। ਅੱਛਾ ਹੁਣ ਇਹਦੇ ਥੱਲੇ 8 ਕਿਲੋ ਦੁੱਧ ਦੋਵਾਂ ਟਾਈਮਾਂ ਦਾ। ਬਿਲਕੁਲ। ਠੀਕ ਹੈ। ਤੇ ਸੂਏ ਕਿੰਨਵੇਂ ਸੂਈ ਸੀ? ਇਹ ਆਪਣੇ ਕੋਲੇ ਤੀਜੇ ਸੂਏ ਨੇ। दोस्तों गां थोनू दिखा देना, हजे मिल्किंग होनी है, शाम दा टाइम है, हवाना सोहना है, दुध 8 किलो दोस्तों। खोल ली वीरे नूं तोर के दिखा दे। कद काठ दोस्तों जर्सी गाईआं दा जिन्ना कु हुंदा है तुसीं वीडियो दे विच देखिआ ही है, प्योर जर्सी नसल दी गां ताजी दोस्तों। जो सूई सी बाई जी होरी दसदे सी वी 18 प्लस दुध दी सीगी गां इह, हुण 8 किलो आ क्योंकि इहनां दा साइलेज जिहड़ा उह मुक गिआ सीगा, इक गर्मी ज्यादा चली है। 30,000 रेट है। थण हवाने दी बहुत सोहणी है, बाकी जिन्हें खरीदनी उह आ के देख लूगा। रंग रूप भी दोस्तों इहदा बहुत सोहणा है। वच्छी इहने दित्ती होई है, पर उह बाई जी होरी दसदे आ वी उहदे तों बिना ही इहनां ने सेल करनी है। 30,000 दोस्तों इहदी डिमांड बाई जी होरी करदे आ। इहदों अगे इक होर ਇਹ ਵੀ ਦੋਸਤੋ ਪਿਓਰ ਜਰਸੀ ਨਸਲ ਦੀ ਗਾਂ, ਇਹਦੇ ਬਾਰੇ ਵੀ ਬਾਈ ਤੋਂ ਡਿਟੇਲ ਪੁੱਛਦੇ ਆ। ਬਾਈ ਇਹ ਵੀ ਤੋਕੜ ਹੈ? ਹਾਂਜੀ ਇਹ ਵੀ ਤੋਕੜ ਹੈ ਜੀ। ਇਹਨੂੰ ਕਿੰਨਾ ਕੁ ਚਿਰ ਹੋਇਆ ਸੂਈ ਨੂੰ? ਇਹਨੂੰ ਤਕਰੀਬਨ ਲਾ ਲਓ 4 ਕੁ ਮਹੀਨੇ, 4.5 ਮਹੀਨੇ ਹੋਏ ਆ। ਠੀਕ ਹੈ। ਗਰਮੀ ਕਰਕੇ ਆਈ ਨਹੀਂ ਕਰਾਈ ਸੀਗੀ, ਵਛਰੂ ਇਹਦਾ ਵੱਛਾ ਸੀਗਾ ਉਹ ਹੈ ਨੀਗਾ। ਠੀਕ ਹੈ, ਵੱਛਾ ਸੀ ਤੇ ਦੁੱਧ ਇਹਦਾ ਇਸ ਟਾਈਮ? ਇਸ ਟਾਈਮ ਇਹਦੇ ਥੱਲੇ 7 ਲੀਟਰ ਹੈ ਦੋਵਾਂ ਟਾਈਮਾਂ ਦਾ। ਦੋਵਾਂ ਟਾਈਮਾਂ ਦਾ। ਠੀਕ ਹੈ। ਤੇ ਤਾਜੀ ਨੇ ਇਹਨੇ ਕਿੰਨਾ ਕੁ ਦਿੱਤਾ? ਤਾਜੀ ਨੇ ਇਹਨੇ ਵੀ 18+ ਹੀ ਦਿੱਤਾ। 18+ ਹੀ ਇਹਨੇ ਦਿੱਤਾ ਸੀ। ਇਹਦਾ ਰੇਟ ਕੀ ਕਰਦੇ ਹੋ? ਇਹਦਾ ਬਈ 25,000। 25,000। ਜੇ ਕਿਸੇ ਵੀਰ ਨੇ ਜੋੜਾ ਹੀ ਖਰੀਦਣਾ ਹੋਵੇ? ਜੋੜਾ ਬਈ 50 ਚ, ਫਿਰ 50 ਚ ਆਪਾਂ ਛੱਡ ਦਾਂਗੇ। ਠੀਕ ਹੈ। ਜੋੜੇ ਦਾ 50 ਤੇ ਉਹ ਇਹ ਇੱਕ ਦਾ 30 ਤੇ ਦੂਜੀ ਦਾ 25। ਠੀਕ ਹੈ। ਇਹਨੂੰ ਵੀ ਖੋਲਣੀ, ਏ ਆਈ ਤਾਂ ਨਹੀਂ ਹੋਈ ਇਹਦੀ? ਨਹੀਂ ਏ ਆਈ ਇਹਦੀ ਵੀ ਨਹੀਂ ਹੋਈ ਦੋਸਤੋ। ਹੁਣ ਜਿਹੜਾ ਮੌਸਮ ਹੈ ਬਦਲ ਰਿਹਾ, ਜਿਵੇਂ ਜਿਵੇਂ ਅੱਸੂ ਦਾ ਮਹੀਨਾ ਦੋਸਤੋ ਚੜ ਗਿਆ, ਅੱਗੇ ਕੱਤੇ ਦੇ ਵਿੱਚ ਜਾ ਕੇ ਜਿਹੜੀ ਬਹੁਤੇ ਪਸ਼ੂਆਂ ਦੀ ਏ ਆਈ ਹੋ ਜਾਂਦੀ ਹੈ ਦੋਸਤੋ। ਦੁਬਾਰਾ ਤੁਹਾਨੂੰ ਤੋਰ ਕੇ ਦਿਖਾ ਦਿੰਦੇ ਆ। ਬਹੁਤ ਸੋਹਣੇ ਰੰਗ ਰੂਪ ਦੀ ਗਾਂ ਦੋਸਤੋ, ਹਵਾਨਾ ਬਹੁਤ ਸੋਹਣਾ ਹੈ, ਥਣ ਨਿਖੜਵੇਂ ਆ, 7 ਕਿਲੋ ਦੁੱਧ ਹੈ। ਬਾਕੀ ਜਰਸੀ ਦੀ ਮੰਗ ਕਾਫੀ ਹੈ, ਕਈ ਵੀਰ ਪਸੰਦ ਕਰਦੇ ਜਰਸੀ ਗਾਂ ਨੂੰ। ਸੋ ਦੋਸਤੋ ਇਹ ਦੋਨੇ ਗਾਈਆਂ ਬਾਈ ਜੀ ਹੋਰਾਂ ਕੋਲ ਵਿਕਾਊ ਹੈ। ਜੇ ਕਿਸੇ ਵੀਰ ਦੇ ਪਸੰਦ ਆਉਂਦੀਆਂ, ਨੰਬਰ ਬਾਈ ਜੀ ਹੋਰਾਂ ਦਾ ਸਕਰੀਨ ਤੇ ਲੱਗਾ, ਇਸ ਨੰਬਰ ਉੱਤੇ ਤੁਸੀਂ ਕਾਲ ਕਰ ਸਕਦੇ ਆ ਦੋਸਤੋ। ਪਸ਼ੂਆਂ ਨੂੰ ਆ ਕੇ ਦੇਖੋ, ਆਪਦੀ ਤਸੱਲੀ ਕਰੋ, ਜਿੰਨਾ ਦੁੱਧ ਬਾਈ ਜੀ ਹੋਰਾਂ ਨੇ ਦੱਸਿਆ ਉਹਨਾਂ ਤੁਸੀਂ ਚੋ ਕੇ ਦੇਖ ਸਕਦੇ ਆ। ਰੇਟ ਵੀ ਦੋਸਤੋ ਤੁਹਾਨੂੰ ਨਾਲ ਦੱਸਤਾ, ਸੋ ਜਿੰਨੀ ਡਿਟੇਲ ਸੀ ਦੋਸਤੋ ਵੀਡੀਓ 'ਚ ਤੁਹਾਨੂੰ ਮਿਲ ਗਈ ਹੈ। ਅੱਗੇ ਦੋਸਤੋ ਜਿਹੜੀ ਜ਼ਿੰਮੇਵਾਰੀ ਆ, ਜੋ ਫਰਜ਼ ਆ, ਉਹ ਤੁਹਾਡਾ ਆਪਣਾ ਤਸੱਲੀ ਕਰਨ ਦਾ। ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਵਾਸਤੇ। ਜਿਹੜੇ ਵੀਰ ਦੇ ਗਾਈਆਂ ਪਸੰਦ ਆਉਂਦੀਆਂ ਤੁਸੀਂ ਬਾਈ ਜੀ ਹੋਰਾਂ ਨਾਲ ਕੰਟੈਕਟ ਕਰਕੇ ਸੌਦਾ ਕਰ ਸਕਦੇ।